ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਜੋ ਸਿੱਖ ਭਾਈਚਾਰੇ ਨੂੰ ਚਾਰ ਬੱਚੇ ਪੈਦਾ ਕਰਨ ਦਾ ਬਿਆਨ ਦਿੱਤਾ, ਉਹਦੇ ਨਾਲ ਇੱਕ ਸਿੱਖ ਭਾਈਚਾਰੇ 'ਚ ਨਵਾਂ ਵਿਵਾਦ ਛਿੜ ਗਿਆ। ਉਂਝ ਉਹਨਾਂ ਨੇ ਅਗਲੇ ਦਿਨ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਉਹਨਾਂ ਦੇ ਨਿੱਜੀ ਵਿਚਾਰ ਹੈ, ਪਰ ਆਪਣੇ ਵਿਚਾਰਾਂ 'ਤੇ ਕਾਇਮ ਹੈ, ਕੋਈ ਹੁਕਮਨਾਮਾ ਨਹੀਂ ਕਿਹਾ ਜਾ ਸਕਦਾ। ਜੇਕਰ ਆਪਾਂ ਸਾਰੇ ਮੁਲਕ ਦੀ ਗੱਲ ਕਰੀਏ ਤਾਂ ਕਿਸੇ ਧਾਰਮਿਕ ਨੇਤਾ ਨੇ ਜਾਂ ਰਾਜਸੀ ਆਗੂ ਨੇ ਪਹਿਲੀ ਵਾਰੀ ਇਹੋ ਜਿਹਾ ਬਿਆਨ ਨਹੀਂ ਦਿੱਤਾ ਜਿਹੜਾ ਵਧੇਰੇ ਬੱਚਿਆਂ ਨਾਲ ਸੰਬੰਧ ਰੱਖਦਾ ਹੋਵੇ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਘੱਟ ਗਿਣਤੀਆਂ ਵਧੇਰੇ ਬੱਚੇ ਪੈਦਾ ਕਰਨ ਦੇ ਨਾਲ ਇਸ ਮੁਲਕ ਦੇ ਅੰਦਰ ਸੁਰੱਖਿਅਤ ਰਹਿਣਗੀਆਂ। ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਦੇ ਲਈ ਪੈਨਲ 'ਚ ਅੱਜ ਸਾਡੇ ਵਿਸ਼ੇਸ਼ ਮਹਿਮਾਨ ਜੁੜੇ ਨੇ, ਭਾਈ ਅਸ਼ੋਕ ਸਿੰਘ ਬਾਗੜੀਆਂ, ਉੱਘੇ ਸਿੱਖ ਵਿਦਵਾਨ, ਸਾ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ। ਮੈਂ ਪੈਨਲ 'ਤੇ ਜੁੜੇ ਤਿੰਨਾਂ ਮਹਿਮਾਨਾਂ ਨੂੰ ਜੀ ਹਾਂ ਆਖਦਾ। ਬਾਗੜੀਆਂ ਸਾਹਿਬ, ਜਦੋਂ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਜਥੇਦਾਰ ਨੇ ਜੋ ਬਿਆਨ ਦਿੱਤਾ ਸਿੱਖ ਭਾਈਚਾਰੇ ਲਈ ਚਾਰ ਬੱਚੇ ਪੈਦਾ ਕਰਨ ਦੀ ਗੱਲ, ਕਿਉਂ ਨੌਬਤ ਪਈ ਹੈ, ਕਿਉਂ ਜ਼ਰੂਰਤ ਪਈ ਹੈ ਜਥੇਦਾਰ ਸਾਹਿਬ ਨੇ ਅਜਿਹਾ ਬਿਆਨ ਦੇਣ ਦੀ? ਪਹਿਲੀ ਗੱਲ ਤਾਂ ਇਹ ਹੈ ਵੀ ਇਹ ਇੱਕ ਧਾਰਮਿਕ ਮਸਲਾ ਨਹੀਂ ਹੈ ਜੀ, ਇਸ ਕਰਕੇ ਇਹਨੂੰ ਅਕਾਲ ਤਖਤ ਤੋਂ ਅਲੱਗ ਰੱਖਣਾ ਪੈਂਦਾ ਜੀ। ਇਹ ਹੈ ਜਾਂ ਤਾਂ ਸਮਾਜਿਕ ਹੈ ਜਾਂ ਆਰਥਿਕ ਹੈ ਜੀ ਜੀ। ਇਸ ਕਰਕੇ ਇਹਨੂੰ ਗਿਆਨੀ ਗੁਰਚਰਨ ਸਿੰਘ, ਗੁਰਬਚਨ ਸਿੰਘ ਹੋਰਾਂ ਦੀ ਨਿੱਜੀ ਰਾਏ ਕਹਿ ਕੇ ਵਿਚਾਰਨਾ ਚਾਹੀਦਾ ਅਤੇ ਅਕਾਲ ਤਖਤ ਨੂੰ ਇਸ ਤੋਂ ਅਲੱਗ ਰੱਖਣਾ ਜੀ ਜੀ। ਇੱਕ ਭਾਈ ਬਾਗੜੀਆਂ ਸਾਹਿਬ, ਬਿਲਕੁਲ ਤੁਸੀਂ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇੱਕ ਰੁਤਬੇ 'ਤੇ ਬੈਠਾ ਵਿਅਕਤੀ ਕੋਈ ਬਿਆਨ ਦਿੰਦਾ ਹੈ, ਠੀਕ ਹੈ, ਪ੍ਰਧਾਨ ਮੰਤਰੀ ਨੂੰ ਤੇ ਨਰਿੰਦਰ ਮੋਦੀ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾਂਦਾ, ਦੇਖਿਆ ਠੀਕ ਹੈ, ਉਹਨਾਂ ਦੇ ਨਿੱਜੀ ਵਿਚਾਰ ਹੋਣਗੇ, ਹਾਈਕੋਰਟ ਦੇ, ਪਰ ਉਹਨਾਂ ਦਾ ਰੁਤਬਾ ਤੇ ਸਤਿਕਾਰ ਉਹੀ ਰਹੇਗਾ। ਹਾਈਕੋਰਟ ਦੇ ਜੱਜ ਫੈਸਲਾ ਲਿਖਣ ਤੋਂ ਪਹਿਲਾਂ ਕਮੈਂਟ ਕਰ ਦਿੰਦੇ ਨੇ, ਉਹ ਜਿਹੜੇ ਕਹਿ ਦਿੰਦੇ ਨੇ ਕਿ ਇਹ ਜਜਮੈਂਟ ਦਾ ਹਿੱਸਾ ਨਹੀਂ ਜੀ, ਬਿਲਕੁਲ ਸਹੀ ਗੱਲ ਹੈ, ਪਰ ਉਹਨਾਂ ਦੇ ਬਿਆਨ ਨੂੰ ਅਹਿਮੀਅਤ ਇਸੇ ਕਰਕੇ ਮਿਲੀ ਹੈ ਕਿਉਂਕਿ ਇੱਕ ਰੁਤਬੇ ਤੇ ਬੈਠੇ ਵਿਅਕਤੀ ਹੈ। ਉਹ ਗੱਲ ਠੀਕ ਹੈ ਜੀ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜੀ ਜੀ, ਅੱਜ ਤੋਂ ਪੂਰੇ 42 ਸਾਲ ਪਹਿਲਾਂ ਇਹ ਸਵਾਲ ਅੱਗੇ ਪੈਦਾ ਹੋ ਚੁੱਕਿਆ ਜੀ। ਜੇ ਕਹੋ ਤਾਂ ਮੈਂ ਉਹਦੇ ਲਫ਼ਜ਼ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜੀ ਜੀ, ਤੁਸੀਂ ਸੁਣਾ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਪਹਿਲਾਂ ਵੀ ਇਹ ਘਟਨਾ ਵਾਪਰੀ ਲਓ। ਅੱਜ ਕੱਲ੍ਹ ਫੈਮਿਲੀ ਪਲੈਨਿੰਗ ਦਾ ਬੜਾ ਢੰਡੋਰਾ ਪਿੱਟਿਆ ਜਾ ਰਿਹਾ ਹੈ, ਇਸ ਦੀ ਲੋੜ ਤਾਂ ਬਹੁਤੀ ਗਿਣਤੀ ਵਾਲਿਆਂ ਨੂੰ ਹੀ ਹੈ ਜੀ, ਜਾਂ ਜੋ ਬੱਚੇ ਪਾਲ ਨਾ ਸਕਦੇ ਹੋਣ। ਅਸੀਂ ਤਾਂ ਅੱਗੇ ਹੀ ਥੋੜ੍ਹੇ ਜਿਹੇ ਹਾਂ, ਸਿੱਖ ਬੱਚਾ ਕਦੇ ਭੁੱਖਾ ਨਹੀਂ ਮਰਿਆ ਜੀ, ਬਲਕਿ ਸਿੱਖਾਂ ਦੇ ਲੰਗਰ ਤੋਂ ਪ੍ਰਸ਼ਾਦੇ ਛੱਕ ਕੇ ਹੋਰਾਂ ਨੇ ਬੱਚੇ ਵੀ ਪਾਲੇ ਹਨ ਜੀ। ਅੱਜ ਕੱਲ੍ਹ ਯੋਗਤਾ ਨਾਲੋਂ ਗਿਣਤੀ ਦੀ ਜ਼ਿਆਦਾ ਲੋੜ ਅਤੇ ਕਦਰ ਹੈ, ਇਸ ਲਈ ਇਸ ਦੀਆਂ ਜਿਹੜੀਆਂ ਚਾਲਾਂ, ਇਸ ਤੋਂ ਮਤਲਬ ਹੈ ਬਹੁ ਗਿਣਤੀ ਦੀਆਂ ਜੀ, ਉਹਨਾਂ ਤੋਂ ਸਾਵਧਾਨ ਹੋ ਕੇ ਰਹਿਣਾ ਚਾਹੀਦਾ ਹੈ। ਓਕੇ ਭਾਈ ਬਾਗੜੀ ਜੀ, ਕਿਹਨਾਂ ਦੇ ਬਿਆਨ ਹੈ, ਕਿਹਦੇ ਕਮੈਂਟ ਨੇ ਇਹ? ਜਿਹੜੀ ਕੇਂਦਰੀ ਸਿੰਘ ਸਭਾ ਜੀ ਦੀ ਪਹਿਲੀ ਮੀਟਿੰਗ 'ਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਭਾਈ ਅਰਦਮਨ ਸਿੰਘ ਬਾਗੜੀਆਂ ਦੇ ਨੇ। ਓਕੇ ਜੀ ਜੀ ਜੀ, ਇਹ ਕੋਈ ਅੱਜ ਦਾ ਨਹੀਂ ਹੈ ਜੀ ਜੀ, ਇਹ ਅਨੰਦਪੁਰ ਸਾਹਿਬ ਮੀਟਿੰਗ ਹੋਈ ਘੱਟੋ ਘੱਟ, ਤੁਸੀਂ ਸਾਨੂੰ ਚਾਰ ਦਹਾਕੇ ਤੋਂ ਵੀ ਵੱਧ ਪੁਰਾਣੀ ਦਾ ਚੇਤਾ ਕਰਾਇਆ। ਇੱਕ ਨਹੀਂ, ਓਕੇ ਓਕੇ ਭਾਈ ਬਾਗੜੀ, ਜਿੱਦਾਂ ਤੁਸੀਂ ਪੜ੍ਹ ਕੇ ਸੁਣਾਇਆ, ਸਵਾਲ ਉਹੀ ਪੈਦਾ ਹੁੰਦਾ ਜਿਸ ਮੁੱਦੇ 'ਤੇ ਆਪਾਂ ਚਰਚਾ ਕਰ ਰਹੇ ਹਾਂ। ਉਸ ਵੇਲੇ ਵੀ ਇਹ ਸਵਾਲ ਪੈਦਾ ਹੋਇਆ ਆਪਣੇ ਜਦੋਂ ਗਾਂਧੀ ਨੇ ਆਪਣਾ ਅੱਜ ਦੀ ਫੈਮਿਲੀ ਪਲੈਨਿੰਗ ਦਾ ਸ਼ੁਰੂ ਕੀਤਾ ਜੀ ਜੀ, ਇਹ ਜਿਹੜੀਆਂ ਚੀਜ਼ਾਂ ਨੇ। ਦੂਸਰੀ ਚੀਜ਼ ਜਿਹੜੀ ਮੇਰੀ ਹੈ ਸਾਰਿਆਂ ਨੂੰ ਬੇਨਤੀ ਕਿ ਜਿਹੜੀ ਮਾਈਨੋਰਿਟੀ ਹੈ ਕੋਈ ਵੀ ਹੈ ਜੀ, ਉਹ ਐਕਟ ਨਹੀਂ ਕਰਦੀ, ਇਹ ਹਮੇਸ਼ਾ ਰਿਐਕਟ ਕਰਦੀ ਹੈ। ਓਕੇ, ਉਸ ਵੇਲੇ ਉਹਨਾਂ ਨੇ ਕੀਤਾ ਤਾਂ ਇਹ ਸਵਾਲ ਪੈਦਾ ਹੋ ਗਿਆ। ਹੁਣ ਜਦ ਇਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਕਹੀ ਜਾਂਦੇ ਨੇ ਵੀ ਪੈਦਾ ਕਰੋ ਜੀ ਜੀ, ਹੁਣ ਤੁਸੀਂ ਉਹ ਦੇਖੋ ਜੇ 90% ਵੀ ਪੈਦਾ ਕਰਨਗੇ ਤਾਂ ਜਿਹੜੇ ਅਸੀਂ 1-2% ਆ, ਕੋਈ ਅਸੀਂ ਆ ਮੁਸਲਮਾਨ ਈਸਾਈ ਹਾਂ, ਅਸੀਂ ਤਾਂ ਜੇ 20 ਪੈਦਾ ਕਰੀਏ ਤਾਂ ਉਹਨਾਂ ਨਾਲ ਨਹੀਂ ਪਹੁੰਚਦੇ ਜੀ। ਭਾਈ ਬਾਗੜੀ, ਅਸੀਂ ਤਾਂ ਦੌੜ 'ਚ ਰਲ ਹੀ ਨਹੀਂ ਸਕਦੇ, ਉਹੀ ਮੈਂ ਕਹਿੰਦਾ ਨਾ। ਦੂਜਾ ਇਹ ਬਿਲਕੁਲ ਸਪਸ਼ਟ ਹੈ ਵੀ ਇਹਨੂੰ ਧਾਰਮਿਕ ਨਾਲ ਨਹੀਂ ਦੇਖਣਾ ਚਾਹੀਦਾ, ਇਸ ਨੂੰ ਸਮਾਜਿਕ ਔਰ ਆਰਥਿਕ ਜਿਹੜਾ ਮੁੱਦਾ। ਓਕੇ ਓਕੇ, ਗਰੇਵਾਲ ਸਾਹਿਬ, ਜਿਹੜਾ ਭਾਈ ਬਾਗੜੀ ਜੀ ਦੇ ਕਹਿਣਾ ਕਿ ਵੀ ਇਹਨੂੰ ਧਾਰਮਿਕ ਉਹਦੇ ਨਾਲ ਪਹਿਲੂ ਨਾਲ ਜੋੜ ਕੇ ਦੇਖਣ ਦੀ ਲੋੜ ਨਹੀਂ ਹੈ, ਜਦੋਂ ਕਿ ਜੋ ਜਥੇਦਾਰ ਸਾਹਿਬ ਦਾ ਐਂਗਲ ਹੈ, ਬੇਸ਼ੱਕ ਉਹਨਾਂ ਨੇ ਨਿੱਜੀ ਤੌਰ 'ਤੇ ਕਿਹਾ, ਪਰ ਮੈਂ ਸਮਝਦਾ ਕਿ ਉਹਨਾਂ ਦਾ ਧਾਰਮਿਕ ਵਾਲੇ ਪਾਸੇ ਵੱਲ ਨੂੰ ਜ਼ਿਆਦਾ ਹਿੰਟ ਇਸ ਗੱਲ ਦਾ ਜਾਂਦਾ। ਤੁਸੀਂ ਫੈਡਰੇਸ਼ਨ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਤੁਹਾਡਾ ਰੁਤਬਾ ਹੈ, ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਲਈ ਗਲੋਬਲ ਪੰਜਾਬ ਦਾ ਧੰਨਵਾਦੀ ਹਾਂ ਕਿ ਇੱਕ ਬਹੁਤ
ਚੰਗਾ ਵਿਸ਼ਾ ਛੇੜਿਆ ਕਿਉਂਕਿ ਜਿਹੜੇ ਵੀ ਵਿਸ਼ੇ ਤੇ ਕੋਈ ਬਹਿਸ ਆਉਂਦੀ ਹੈ ਉਹਦੇ ਵਿੱਚੋਂ ਚੰਗੇ ਸਾਰਥਕ ਨਤੀਜੇ ਨਿਕਲਦੇ ਆ ਜੀ ਜੀ ਸੋ ਜਹਦਰ ਸਾਹਿਬ ਜੀ ਅਸੀਂ ਤੁਹਾਡੇ ਵੀ ਧੰਨਵਾਦੀਆਂ ਸਾਡੇ ਸੱਦੇ ਤੇ ਤੁਸੀਂ ਹਾਜ਼ਰ ਹੋਏ ਹੋ ਜਹਦਰ ਸਾਹਿਬ ਦੇ ਬਿਆਨ ਤੇ ਮੈਂ ਸਮਝਦਾ ਕਿ ਉਹਨਾਂ ਨੇ ਕਹਿਤਾ ਵੀ ਮੇਰਾ ਨਿੱਜੀ ਵਿਚਾਰ ਹੈ ਜੀ ਪਰ ਜਿਵੇਂ ਆਪ ਜੀ ਨੇ ਇਹ ਗੱਲ ਕੀਤੀ ਹੈ ਕਿ ਜਿਹੜਾ ਉਹਨਾਂ ਦਾ ਰੁਤਬਾ ਹੈ ਉਹ ਇੱਕ ਧਾਰਮਿਕ ਸ਼ਖਸੀਅਤ ਦੇ ਤੌਰ ਤੇ ਆ ਜੀ ਸੋ ਮੈਂ ਬਾਗੜੀਆ ਸਾਹਿਬ ਨੇ ਬਹੁਤ ਸੋਹਣੇ ਵਿਚਾਰ ਦੱਸੇ ਨੇ ਅੱਜ ਤੋਂ 42 ਸਾਲ ਪਹਿਲਾਂ ਸਿੱਖਾਂ ਦੇ ਮਨ ਦੇ ਅੰਦਰ ਇੱਕ ਉਪਜੀ ਤ੍ਰਾਸਦੀ ਦੀ ਤਸਵੀਰ ਪੇਸ਼ ਕੀਤੀ ਆ ਬਿਲਕੁਲ ਮੈਂ ਸਮਝਦਾ ਕਿ ਅੱਜ ਵੀ ਉਸ ਗੱਲ ਦੇ ਮੱਦੇ ਨਜ਼ਰ ਇਹਨੂੰ ਇਕੱਲੀ ਆਰਥਿਕਤਾ ਜਾਂ ਸਮਾਜਿਕ ਦੀ ਗੱਲ ਨਹੀਂ ਮੈਂ ਇਹਨੂੰ ਧਾਰਮਿਕ ਤੌਰ ਤੇ ਵੀ ਮੈਂ ਸਹੀ ਸਮਝਦਾ ਓਕੇ ਕਿ ਜਹਦਰ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ ਆ ਕਿ ਸਿੱਖ ਕੌਮ ਦੀ ਜਿਹੜੀ ਆਈਡੈਂਟੀ ਆ ਸਿੱਖ ਕੌਮ ਦੀ ਜਿਹੜੀ ਹੋਂਦ ਆ ਜੇ ਆਪਾਂ ਪਿਛਲੇ ਸਮੇਂ 'ਚ ਰਤਨ ਸਿੰਘ ਜੀ ਭੰਗੂ ਸਾਹਿਬ ਜੇ ਮੈਂ ਭੁੱਲਦਾ ਨਾ ਹੋਵਾਂ ਜੀ ਜੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਪੰਥ ਹੀ ਨਾ ਰਹਾ ਤਾਂ ਗ੍ਰੰਥ ਕੋ ਕੌਣ ਮਾਨੇਗੋ ਵਾਲੀ ਗੱਲ ਹੈ ਵੀ ਇਹ ਪੰਥ ਜਿਹੜੀ ਕੌਮ ਹੈ ਉਹਦੀ ਗਿਣਤੀ ਵੀ ਅਸੀਂ ਉਹਨੂੰ ਪੰਥ ਦੇ ਤੌਰ 'ਤੇ ਅਸੀਂ ਵਧਾਉਣੀ ਚਾਹੁੰਦੇ ਹਾਂ ਜੀ ਤਾਂ ਸਾਡੇ ਮਨ ਦੇ ਅੰਦਰ ਵੀ ਇੱਕ ਬਲਬਲਾ ਕਿ ਜਿਹੜੀ ਸਿੱਖ ਕੌਮ ਹੈ ਉਹਦੀ ਗਿਣਤੀ ਵੀ ਵੱਧ ਹੋਵੇ ਅਤੇ ਇਹ ਕਹਿਣ ਦਾ ਜਿਹੜਾ ਅੱਜ ਦੇ ਸਮੇਂ 'ਚ ਲੋੜ ਕਿਉਂ ਪਈ ਜਦੋਂ ਬਾਗੜੀਆ ਸਾਹਿਬ ਨੇ ਜ਼ਿਕਰ ਕੀਤਾ ਅੱਜ ਤੋਂ 40 ਸਾਲ ਪਹਿਲਾਂ ਦਾ ਮੈਂ ਇੱਕ ਛੋਟਾ ਜਿਹਾ ਡਾਟਾ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਜਿਹੜੇ ਕਿ ਇਸ ਹਿੰਦੁਸਤਾਨ ਦੇ ਮਰਦਮਸ਼ੁਮਾਰੀ ਦੇ ਡਾਟੇ ਆ ਜੀ ਜਿਹੜਾ 1961 ਅਤੇ 1971 ਦੇ ਵਿੱਚ ਸਿੱਖਾਂ ਦੀ ਜਿਹੜੀ ਗਰੋਥ ਸੀ ਉਹ 32% ਸੀ ਜੀ ਅਤੇ ਇਸ ਟਾਈਮ ਜਿਹੜਾ ਸਾਡੇ ਕੋਲ ਅਫੀਸ਼ੀਅਲ ਡਾਟਾ ਪਿਆ ਵਾ ਜਿਹੜਾ 1991 ਤੋਂ ਲੈ ਕੇ 2001 ਦਾ ਮਰਦਮਸ਼ੁਮਾਰੀ ਦਾ ਉਹਦੇ 'ਚ ਸਾਡੀ ਗਰੋਥ ਰੇਟ 16.9 ਰਹਿ ਗਈ ਆ ਪਰ ਜਿਹੜੇ ਡਾਟੇ ਹਾਲੇ ਤੱਕ ਆਏ ਨਹੀਂ ਜਿਹੜੇ ਹੁਣ ਦੇ 2011 ਵਾਲੇ ਇਹਨਾਂ ਵਿੱਚ ਇਹ ਪਤਾ ਲੱਗਾ ਕਿ ਉਹ -5 ਦੇ ਤੌਰ 'ਤੇ ਸਾਡੀ ਗਰੋਥ ਚਲੀ ਗਈ ਆ ਓਕੇ ਸੋ ਇਹ ਗੱਲ ਇੱਕ ਬਹੁਤ ਵੱਡੀ ਫਿਕਰਮੰਦੀ ਹੈ ਜਿਹਦੇ ਵਾਸਤੇ ਸਾਨੂੰ ਉਹਦੇ 'ਚੋਂ ਹੀ ਜਿਹੜਾ ਜਥੇਦਾਰ ਸਾਹਿਬ ਦਾ ਬਿਆਨ ਹੈ ਉਹ ਉਪਜਿਆ ਉਹ ਜੇ ਉਹ ਉਪਜਿਆ ਵੀ ਆ ਤੇ ਸਾਡੇ ਕਿਉਂਕਿ ਆਪਾਂ ਹਾਲਾਤ ਦੇਖਦੇ ਹਾਂ ਸਾਡੇ ਆਲੇ ਦੁਆਲੇ ਮੰਨ ਲਓ ਇਹ ਤਾਂ ਸਾਡੇ ਕੋਲ ਡਾਟੇ ਹੈ ਮੰਨ ਲਓ ਇਹ ਜਿਹੜੇ ਕਾਰਨ ਨੇ ਇਹਦੇ ਪਿੱਛੇ ਕਈ ਗੱਲਾਂ ਸਾਡੇ ਵਿਚਕਾਰ ਦੇਖਣ ਨੂੰ ਮਿਲਣਗੀਆਂ ਕਿ ਇਹਦੇ ਪਿੱਛੇ ਕਿਹੜੀ ਇੱਕ ਐਸੀ ਆ ਮੈਂ ਤੁਹਾਨੂੰ ਇੱਥੇ ਇੱਕ ਇਹ ਵੀ ਮੈਂ ਜਾਣਕਾਰੀ ਦੇ ਦਿੰਦਾ ਕਿ ਇਸ ਜਿਹੜੀ ਰੇਸ਼ੋ ਹੈ ਇਸ ਰੇਸ਼ੋ ਦੇ ਵਿੱਚ ਜਿਹੜੇ ਬੋਧੀ ਹੈ ਬੋਧੀ ਧਰਮ ਨੇ ਵੀ 23% ਗਰੋਥ ਕੀਤੀ ਆ ਜੀ 1991 ਤੋਂ ਲੈ ਕੇ 2001 ਤੱਕ ਦੇ ਵਿੱਚ ਤੇ ਜਿਹੜਾ ਹਿੰਦੂ ਆ ਉਹ 20% ਗਰੋਥ ਕਰ ਰਿਹਾ ਮੁਸਲਮਾਨ ਜਿਹਨੂੰ ਅਸੀਂ ਕਹਿੰਦੇ ਵੱਧ ਗਿਣਤੀ ਕਰ ਰਿਹਾ ਉਹ 30% ਗਰੋਥ ਕਰ ਰਿਹਾ ਮਤਲਬ ਅਸੀਂ ਇਸ ਗੱਲ ਬਾਰੇ ਕਿਉਂ ਇੰਨੇ ਚਿੰਤਾਧਾਰ ਹੈ ਕਿ ਵੀ ਅਸੀਂ ਜੇ ਜਹਦਰ ਸਾਹਿਬ ਨੇ ਬਿਆਨ ਦੇਤਾ ਤਾਂ ਸਰਨਾ ਸਾਹਿਬ ਜਾਂ ਹੋਰ ਕੋਈ ਸਾਡੇ ਲੀਡਰ ਪੰਥ ਦੇ ਇਸ ਗੱਲ ਨੂੰ ਕੰਟਰਡਿਕਟ ਕਰ ਰਹੇ ਆ ਮੈਨੂੰ ਬੜੀ ਹੈਰਾਨੀ ਹੋਈ ਹੈ ਕਿਉਂਕਿ ਉਹਨਾਂ ਦਾ ਆਪਣਾ ਨਜ਼ਰੀਆ ਜਿਹੜਾ ਹੈਗਾ ਪ੍ਰੋਫੈਸਰ ਇਸ ਮੁੱਦੇ 'ਤੇ ਤੁਸੀਂ ਕੀ ਦੇਖਦੇ ਹੋ ਬੀਇੰਗ ਏ ਜਰਨਲਿਸਟ ਇਹ ਬਿਆਨ ਜਿਹੜਾ ਇਹ ਜਹਦਰ ਸਾਹਿਬ ਨੇ ਚਾਹੇ ਨਿੱਜੀ ਹੈਸੀਅਤ ਵਿੱਚ ਦਿੱਤਾ ਧਾਰਮਿਕ ਸਿੱਖ ਵਜੋਂ ਦਿੱਤਾ ਭਾਵੇਂ ਸਮਾਜਿਕ ਵਜੋਂ ਦਿੱਤਾ ਹੈ ਤਾਂ ਸਾਡੇ ਜਥੇਦਾਰ ਨੇ ਇੱਕ ਬਿਆਨ ਹੈ ਜੀ ਇਸ ਬਿਆਨ ਨੂੰ ਇਸ ਲਾਈਟ 'ਚ ਦੇਖਣਾ ਚਾਹੀਦਾ ਕਿ ਫਤਵੇ ਤੋਂ ਬਿਨਾਂ ਹੀ ਮੁਸਲਮਾਨ ਇਸਲਾਮ ਕਿਤੇ ਨਹੀਂ ਕਹਿੰਦਾ ਵੀ ਇੰਨੇ ਬੱਚੇ ਪੈਦਾ ਕਰੋ ਇਸਲਾਮ ਸਾਰਾ ਕੁਰਾਨ ਪੜ੍ਹ ਲਓ ਲੇਕਿਨ ਉਹ ਘਟਨਾਵਾਂ ਨਾਲ ਜੁੜੀਆਂ ਗੱਲਾਂ ਵੱਖਰੀਆਂ ਨੇ ਜਿਹੜੀ ਮੈਂ ਗੱਲ ਕਰ ਰਿਹਾ ਉਹ ਇਹ ਆ ਭਈ ਉਹ ਬਿਨਾਂ ਫਤਵੇ ਤੋਂ ਹੀ ਉਹਨਾਂ ਦੇ ਬੱਚੇ ਅਣਗਿਣਤ ਪੈਦਾ ਹੋਈ ਜਾਂਦੇ ਆ ਕਿਉਂਕਿ ਉਹਨਾਂ ਨੂੰ 4 ਵਿਆਹ ਕਰਾਉਣ ਦਾ ਵੀ ਆਗਿਆ ਹੈਗੀ ਆ ਭਾਵੇਂ ਉਹ ਹੁਣ ਅੱਜ ਕੱਲ੍ਹ ਕੋਈ ਕਰਾਉਂਦਾ ਨਹੀਂ ਜੀ ਜੀ ਨੰਬਰ 2 ਜਿਹੜਾ ਇਹ ਮੇਨ ਗੱਲ ਹੈ ਨਾ ਬੱਚੇ ਪੈਦਾ ਕਰਨ ਦੀ ਗੱਲ ਨਹੀਂ ਜਗਤਾਰ ਜੀ 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 ਇਹ ਗੱਲ ਹੈਗੀ ਆ ਵੋਟਾਂ ਪੈਦਾ ਕਰਨ ਦੀ ਇਹਨਾਂ ਨੇ ਗਿਣਤੀ ਕਿਹਾ ਮੈਂ ਉਹਨੂੰ ਵੋਟਾਂ 'ਚ ਤਬਦੀਲ ਤੁਸੀਂ ਮਾਡਰਨ ਸਿਸਟਮ ਨਾਲ ਮਾਡਰਨ ਸਿਸਟਮ ਇਹਨੇ ਵੋਟਾਂ ਗਿਣਤੀ ਘੱਟ ਰਹੀ ਆ ਅਤੇ ਲੋਕਤੰਤਰ ਵਿੱਚ ਵੋਟਾਂ ਦਾ ਬੜਾ ਮੁੱਲ ਹੈ ਅਤੇ ਜਦੋਂ ਗਿਣਤੀ ਘਟੇ ਜਿਵੇਂ ਇਹਨਾਂ ਨੇ ਗਰੋਥ ਦਾ ਸਾਰਾ ਡਾਟਾ ਦੱਸਿਆ ਉਹਦੇ ਮੁਤਾਬਕ ਜਥੇਦਾਰ ਨੂੰ ਕਹਿਣ ਦੀ ਲੋੜ ਨਹੀਂ ਹੈ ਇਹਦੇ ਨਾਲ ਕਈ ਗੱਲਾਂ ਜਿਹੜੀਆਂ ਆਰਥਿਕ ਤੌਰ 'ਤੇ ਇਹਨਾਂ ਦੋਹਾਂ ਵਿਦਵਾਨਾਂ ਨੇ ਜ਼ਿਕਰ ਕੀਤਾ ਮੈਂ ਸਮਝਦਾ ਵੀ ਇਹਦੇ ਨਾਲ ਆਰਥਿਕ ਬੋਝ ਸਿੱਖਾਂ 'ਤੇ ਵਧੇਗਾ ਜੀ 4 ਬੱਚੇ ਅੱਜ ਦੇ ਜ਼ਮਾਨੇ 'ਚ ਪਾਲਣੇ ਫਿਰ ਪੜ੍ਹਾਉਣੇ ਕੋਈ ਸੌਖਾ ਕੰਮ ਨਹੀਂ ਹੈ ਔਖਾ ਕੰਮ ਇਹ ਆਰਥਿਕ ਬੋਝ ਬਣੇਗਾ ਓਕੇ ਇਸ ਲਈ ਮੈਂ ਸਮਝਦਾ ਵੀ ਇਹ ਕੰਮ ਸਮਾਜਿਕ ਪ੍ਰਾਣੀਆਂ 'ਤੇ ਛੱਡਣਾ ਚਾਹੀਦਾ ਇਹ ਫਤਵਿਆਂ ਨਾਲ ਜਾਂ ਨਿੱਜੀ ਰਾਏ ਦੇਣ ਨਾਲ ਇਹਦੇ ਨਾਲ ਕੋਈ ਵਾਧਾ ਜਾਂ ਘਾਟਾ ਨਹੀਂ ਹੋਣਾ ਓਕੇ ਇਹ ਹਰ ਇੱਕ ਨੇ ਆਪਣੇ ਤੌਰ 'ਤੇ ਦੇਖਣਾ ਵੀ ਮੈਂ ਕਿੰਨੇ ਬੱਚੇ ਪਾਲ ਸਕਦਾ ਕਿੰਨੇ ਪੜ੍ਹਾ ਸਕਦਾ ਮੇਰੀ ਆਰਥਿਕ ਹਾਲਤ ਇਹਦੀ ਪਰਿਵਾਰ ਦੀ ਕੀ ਸਮਰੱਥਾ ਹੈ ਇਹ ਉਹਦੀ ਮਰਜ਼ੀ 'ਤੇ ਛੱਡਣਾ ਚਾਹੀਦਾ ਇਹਦੇ ਲਈ ਫਤਵੇ ਜਾਂ ਇਹਦੇ ਲਈ ਰਾਵਾਂ ਦੇ ਕੇ ਕਿਸੇ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ ਨਾ ਮਜਬੂਰ ਕਰਨਾ ਚਾਹੀਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੋ 4 ਬੱਚੇ ਪੈਦਾ ਕਰਨ ਦਾ ਬਿਆਨ ਦਿੱਤਾ ਗਿਆ ਉਹਦੇ ਬਾਰੇ ਸਾਡੇ ਮਹਿਮਾਨਾਂ ਦੀ ਵੱਖਰੀ ਵੱਖਰੀ ਕੀ ਸੋਚ ਹੈ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਇਸ ਮੁੱਦੇ 'ਤੇ ਫਿਰ ਚਰਚਾ ਜਾਰੀ ਰੱਖਾਂਗੇ
ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਜਿਹੜਾ ਬਿਆਨ ਦਿੱਤਾ, ਵੱਖ ਵੱਖ ਪਹਿਲੀਆਂ ਤੋਂ ਸਾਡੇ ਵਿਦਵਾਨ ਕਿੱਦਾਂ ਸੋਚਦੇ ਆ ਜਾਂ ਕਿਹੜੀਆਂ ਨਵੀਆਂ ਗੱਲਾਂ ਇਸ ਬਿਆਨ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਹੀਆਂ। ਗਰੇਵਾਲ ਸਾਹਿਬ, ਆਪਾਂ ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ 'ਤੇ ਚਰਚਾ ਕਰ ਰਹੇ ਸੀ ਉਹਦੇ 'ਚ ਇੱਕ ਜਿਹੜਾ ਇੱਕ ਅਲੱਗ ਪਹਿਲੂ ਇਹ ਵੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਾਂ ਕੁਝ ਹੋਰ ਆਗੂਆਂ ਦਾ ਵੀ ਇਹ ਕਹਿਣਾ ਹੈਗਾ ਕਿ ਜਿਹੜਾ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਇਹਦੇ ਨਾਲ ਕੋਈ ਬਹੁਤਾ ਸਿੱਖ ਭਾਈਚਾਰੇ ਦਾ ਫਾਇਦਾ ਨਹੀਂ ਹੋਣ ਲੱਗਿਆ, ਇਹਦੇ ਬਜਾਏ ਤਾਂ ਸਿੱਖੀ ਦੇ ਵਿੱਚ ਪਰਿਪੱਕਤਾ ਚਾਹੀਦੀ ਹੈ, ਸਿੱਖੀ 'ਚ ਜਿਹੜਾ ਨਿਗਾਰ ਆ ਰਿਹਾ ਉਹਨੂੰ ਰੋਕਣ ਦੀ ਜ਼ਰੂਰਤ ਹੈਗੀ ਹੈ, ਨਾ ਕਿ ਇਸ ਗੱਲ ਦੀ ਕਿ ਅਸੀਂ ਗਿਣਤੀ ਦੇ ਪੱਖੋਂ ਵਾਧਾ ਸ਼ੁਰੂ ਕਰ ਦਈਏ। ਸਿੱਧੂ ਸਾਹਿਬ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਸਰਨਾ ਸਾਹਿਬ ਦੇ ਬਿਆਨ ਦੀ ਜੀ, ਮੈਂ ਭਾਵੇਂ ਅੱਜ ਦੇ ਵਿਸ਼ੇ ਤੋਂ ਵੱਖਰਾ ਹੈ, ਇਹ ਜੇ ਸਰਨਾ ਜੇ ਜਥੇਦਾਰ ਸਾਹਿਬ ਕਿਤੇ ਇਹ ਗੱਲ ਕਹਿ ਦਿੰਦੇ ਬਈ ਬੱਚੇ ਨਾ ਪੈਦਾ ਕੀਤੇ ਜਾਣ ਤਾਂ ਸਰਨਾ ਸਾਹਿਬ ਦਾ ਬਿਆਨ ਇਹ ਹੋਣਾ ਸੀਗਾ ਕਿ ਇਹ ਗਲਤ ਬਿਆਨਬਾਜ਼ੀ ਆ ਇਹ ਬੱਚੇ, ਕਿਉਂਕਿ ਗੱਲ ਇਹ ਆ ਅੱਜ ਦੀ ਤਰੀਕ ਦੇ ਵਿੱਚ ਸਾਡੇ ਇੱਕ ਫੈਸ਼ਨ ਬਣ ਗਿਆ, ਮਾਫ ਕਰਨਾ ਇਸ ਗੱਲ ਨੂੰ, ਇੱਕ ਫੈਸ਼ਨ ਬਣ ਗਿਆ ਕਿ ਜਥੇਦਾਰ ਸਾਹਿਬ ਦੇ ਖਿਲਾਫ਼ ਬਿਆਨਬਾਜ਼ੀ ਕਰਨਾ ਆਪਣੇ ਆਪ ਨੂੰ ਇੱਕ ਮਾਣ ਵਾਲੀ ਗੱਲ ਸਮਝਣ ਲੱਗ ਗਏ। ਮੈਂ ਇੱਥੇ ਗੱਲ ਮਾੜੀ ਜਿਹੜੀ ਅੱਗੇ ਆਉਣੀ ਮੈਂ ਕਰਨੀ ਚਾਹੁੰਦਾ, ਅਸੀਂ ਇੱਥੇ ਕੁਆਲਿਟੀ ਦੀ ਗੱਲ ਬਾਰੇ ਜ਼ਿਆਦਾ ਧਿਆਨ ਦੇ ਰਹੇ ਹਾਂ ਕਿ ਅਸੀਂ ਜਥੇਦਾਰ ਨੂੰ ਉਂਗਲ ਉਠਾ ਕੇ ਜਥੇਦਾਰ ਨੂੰ ਅਖਬਾਰਾਂ 'ਚ ਚੁਣੌਤੀ ਦੇ ਕੇ ਜਾਂ ਜਥੇਦਾਰ ਨੂੰ ਕਿਸੇ ਰਾਜਨੀਤਿਕ ਬੰਦੇ ਦਾ ਚਮਚਾਗਰ ਕਹਿ ਕੇ ਆਪਣੇ ਆਪ ਨੂੰ ਕਿਹੜੀ ਕੁਆਲਿਟੀ ਦੀ ਗੱਲ ਕਰਦੇ ਹਾਂ? ਬੜੇ ਵੱਡੇ ਰੁਤਬੇ 'ਤੇ ਬੈਠੇ ਸੀ, ਸ਼੍ਰੋਮਣੀ ਕਮੇਟੀ ਜਿਹੜੀ ਆ ਦਿੱਲੀ ਦੀ ਉਹਦੇ ਪ੍ਰਧਾਨ ਰਹੇ, ਸਿੱਖਾਂ ਦੇ ਇੱਕ ਨੁਮਾਇੰਦੇ ਦੇ ਤੌਰ 'ਤੇ ਰਹੇ ਜੀ, ਪਰ ਮੈਂ ਇਹ ਸਮਝਦਾ ਕਿ ਆਪਣੀ ਸੋਚ ਨੂੰ ਇੰਨਾ ਨਾ ਥੱਲੇ ਲੈ ਕੇ ਜਾਓ ਕਿ ਹਰ ਗੱਲ ਨੂੰ ਉਹਨੂੰ ਰਾਜਨੀਤੀ ਵਿੱਚ ਲਿਆਓ ਜੀ। ਜਿਸ ਤਰ੍ਹਾਂ ਮਤਲਬ ਗੱਲ ਪ੍ਰੈਸ ਸਾਹਿਬ ਨੇ ਕੀਤੀ ਸੀ, ਪ੍ਰੈਸ ਸਾਹਿਬ ਦੇ ਵਾਕਈ ਵਿਚਾਰ ਆਪਣੇ ਤੌਰ 'ਤੇ ਆਪਦੇ ਥਾਂ 'ਤੇ ਸਹੀ ਹੋਣਗੇ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਥੇਦਾਰ ਸਾਹਿਬ ਨੇ ਵੋਟਾਂ ਦੀ ਗੱਲ ਕੀਤੀ ਹੈ। ਦੇਖੋ ਆਪਾਂ ਉੱਥੇ ਵੀ ਗੱਲ ਕਰ ਲਈਏ ਜੀ ਜੀ, ਕਿ ਲੋਕਤੰਤਰ ਦੀ ਗੱਲ ਆ, ਗਿਣਤੀ ਦੀ ਗੱਲ ਆ, ਜੇ ਤੁਸੀਂ ਕੋਈ ਗੱਲ ਕਰਨੀ ਆ, ਹਾਲਾਂਕਿ ਤਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਜੇ ਅਸੀਂ ਗਿਣਤੀ ਮਿਣਤੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਅਸੀਂ ਨਹੀਂ ਕਿਤੇ ਪਹੁੰਚਦੇ, ਤਾਂ ਵੀ ਤੁਸੀਂ ਕਹਿ ਰਹੇ ਹੋ ਕਿ ਅੰਕੜੇ ਦੇ ਹਿਸਾਬ ਨਾਲ, ਫਿਰ ਵੀ ਆਪਾਂ ਇੱਕ ਸੋਚ ਰਹੇ ਹਾਂ ਬਈ ਗਿਣਤੀ ਦੀ ਗੱਲ ਆ ਜੀ। ਮੈਂ ਕਹਿੰਦਾ ਵੀ ਜਥੇਦਾਰ ਸਾਹਿਬ ਦਾ ਬਿਆਨ, ਸਰਨਾ ਸਾਹਿਬ ਜਿਵੇਂ ਕਹਿ ਰਹੇ ਆ ਕਿ ਜੀ ਉਹ ਜਥੇਦਾਰ ਸਾਹਿਬ ਨੇ ਇਸ ਕਰਕੇ ਬਿਆਨ ਦਿੱਤਾ ਕਿ ਬਾਦਲ ਸਾਹਿਬ ਦੇ ਉਹ ਬਣਾਏ ਹੋਏ ਨੇ ਅਤੇ ਉਹ ਬਾਦਲ ਸਾਹਿਬ ਵਾਸਤੇ ਵੋਟਾਂ ਦੀ ਗੱਲ ਕਰਦੇ ਆ, ਪਰ ਮੈਨੂੰ ਇਹ ਦੱਸੋ ਕਿ ਪਿਛਲੀਆਂ ਇਲੈਕਸ਼ਨਾਂ ਇਸ ਗੱਲ ਦਾ ਸਬੂਤ ਆ ਕਿ ਜਿੰਨੇ ਬੱਚੇ ਪੈਦਾ ਹੋਏ ਉਹਨਾਂ ਨੇ ਵੋਟ ਬਾਦਲ ਨੂੰ ਪਾਈ ਜੀ ਜੀ ਜੀ। ਇਸ ਗੱਲ ਦਾ ਕੋਈ ਸੰਬੰਧ ਨਹੀਂ, ਆਮ ਆਦਮੀ ਪਾਰਟੀ ਦੀ ਗੱਲ ਹੀ ਕਰੀਏ, ਸਾਡੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਵਾਪਰੀ ਗੱਲ ਜੀ, ਇਹ ਗੱਲ ਨਹੀਂ ਹੈਗੀ। ਆਪਾਂ ਇਸ ਗੱਲ ਨੂੰ ਇਸ ਸੰਦਰਭ 'ਚ ਨਾ ਲੈ ਕੇ ਜਾਈਏ, ਜੇ ਅਸੀਂ ਕਿਸੇ ਤਰ੍ਹਾਂ ਰਾਜਨੀਤਿਕ ਤੌਰ 'ਤੇ ਗੱਠਜੋੜ 'ਚ ਵਿਰੋਧੀ ਹਾਂ ਤਾਂ ਸਾਡਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉੱਠ ਕੇ ਜਥੇਦਾਰ ਸਾਹਿਬ ਦੀ ਹਰ ਗੱਲ ਨੂੰ ਘੱਟ ਅਡਕਟ ਕਰੀਏ, ਅਸੀਂ ਇਸ ਗੱਲ ਤੋਂ ਸੋਚ ਕਰੀਏ। ਮੈਨੂੰ ਲੱਗਦਾ ਕਿ ਇਹਨੂੰ ਵੋਟਾਂ ਨਾਲ ਜੋੜ ਕੇ ਦੇਖਣ ਦੀ ਜ਼ਰੂਰਤ ਨਹੀਂ ਨਹੀਂ, ਜੇ ਇਹਨੂੰ ਉਸ ਪੱਖ ਨਾਲ ਮਤਲਬ ਇਸ ਗੱਲ ਨਾਲ ਜ਼ਰੂਰਤ ਨਹੀਂ ਹੈਗੀ ਕਿ ਜਥੇਦਾਰ ਸਾਹਿਬ ਨੇ ਬਾਦਲ ਸਾਹਿਬ ਦੀਆਂ ਨੂੰ ਵੋਟਾਂ ਲੈਣ ਵਾਸਤੇ ਉਹਨਾਂ ਨੇ ਬਿਆਨ ਦਿੱਤਾ, ਹਾਲਾਂਕਿ ਇਹ ਇੱਕ ਹਾਸੋ ਵਾਲੀ ਗੱਲ ਹੋਈ। ਪਹਿਲੀ ਗੱਲ ਇਹ ਆ, ਪ੍ਰਸਾਦੀਆ ਸਾਹਿਬ ਨੇ ਵੀ ਕਹੀ ਗੱਲ, ਇਹਨਾਂ ਨੇ ਵੀ ਕਹੀ ਆ ਭਈ ਇਸ ਬਿਆਨ ਨੂੰ, ਪਹਿਲੀ ਗੱਲ ਹੈ ਵੀ ਜਥੇਦਾਰ ਅਕਾਲ ਤਖਤ ਨਾਲ ਨਾ ਜੋੜੀਏ, ਇਹਨੂੰ ਗਿਆਨੀ ਗੁਰਬਚਨ ਸਿੰਘ ਹੋਣਾ ਦਾ ਬਿਆਨ ਸਮਝੀਏ, ਨੰਬਰ ਇੱਕ ਜੀ। ਨੰਬਰ ਦੋ, ਇਹ ਬਿਆਨ ਕਿਉਂ ਦਿੱਤਾ ਗਿਆ, ਇਹਦਾ ਪਿਛੋਕੜ ਅਜੇ ਤੱਕ ਆਪਾਂ ਨੂੰ ਸਮਝ ਨਹੀਂ ਆਇਆ। ਮੇਰਾ ਖਿਆਲ ਹੈ, ਮੈਂ ਜਿੱਥੇ ਤੱਕ ਸਮਝਦਾ, ਸਾਕਸ਼ੀ ਮਹਾਰਾਜ ਅਤੇ ਸਾਧਵੀਆਂ ਉਹ ਸਰਗਰਮ ਹੋਈਆਂ। ਇੱਕ ਮਿੰਟ, ਉਹਨਾਂ ਨੇ ਬਿਆਨ ਦਿੱਤੇ ਪੰਜ ਬੱਚੇ ਪੈਦਾ ਕਰਨ ਦੇ, ਇੱਕ ਮਿੰਟ ਸੁਣ ਲਿਓ। ਕਈ ਵਾਰ ਇੱਦਾਂ ਹੁੰਦਾ ਜਿਵੇਂ ਇਹਨਾਂ ਨੇ ਕਿਹਾ ਨਾ ਵੀ ਅਸੀਂ ਐਕਟ ਨਹੀਂ ਕਰਦੇ, ਰਿਐਕਟ ਕਰਦੇ ਹਾਂ। ਬੜੀ ਸੋਹਣੀ ਗੱਲ ਹੈ, ਇੱਥੇ ਵੀ ਰਿਐਕਟ ਕੀਤਾ ਗਿਆ, ਐਕਟ ਨਹੀਂ ਕੀਤਾ ਗਿਆ। ਇੱਕ ਮਿੰਟ ਉਹਨਾਂ ਵੱਲੋਂ ਬਿਆਨ ਆਇਆ, ਔਰ ਅੱਜ ਦਾ ਨਹੀਂ ਆਇਆ, 6 ਮਹੀਨੇ ਤੋਂ 8 ਮਹੀਨੇ ਤੋਂ ਬਿਆਨ ਦੇ ਰਹੇ, ਲਗਾਤਾਰ ਚੱਲ ਰਹੇ, ਲਗਾਤਾਰ ਉਹਨਾਂ ਦਾ ਵਿਰੋਧ ਵੀ ਹੋਇਆ ਬਹੁਤ ਜੀ ਜੀ। ਲੇਕਿਨ ਉਹਨਾਂ ਦੇ ਮੁਕਾਬਲੇ 'ਚ ਅਸੀਂ ਖੜ ਗਏ ਆ ਕੇ, ਅਤੇ ਅਸੀਂ ਵੀ ਕਿਉਂ ਪਿੱਛੇ ਰਹੀਏ, ਅਸੀਂ ਵੀ ਇੱਦਾਂ ਕਰ ਦਈਏ। ਨਹੀਂ ਪ੍ਰੋਫੈਸਰ, ਤੁਹਾਡੀ ਗੱਲ ਨੂੰ ਬਿਲਕੁਲ ਦਰੁਸਤ ਆ, ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਵੇਖੋ ਮੈਂ ਇੱਕ ਨਿੱਜੀ ਤੌਰ 'ਤੇ ਨਹੀਂ, ਪਰ ਇਹਨਾਂ ਦਾ ਕਹਿਣਾ ਕਿ ਦੌੜ 'ਚੋਂ ਦਿੱਤਾ ਵਾ ਬਿਆਨ ਹੈ। ਉਸ ਤੋਂ ਇਲਾਵਾ ਵੀ ਮੈਂ ਗੱਲ ਕਰਦਾ ਕਿ ਮੈਂ ਉਸ ਦੌੜ 'ਚ ਨਾ ਵੀ ਆਵਾਂ, ਕੀ ਤੁਹਾਡੇ ਮਨ ਦੇ ਅੰਦਰ ਜਾਂ ਬਾਗੜੀਆ ਸਾਹਿਬ ਦੇ ਮਨ ਦੇ ਅੰਦਰ ਜਾਂ ਤੁਹਾਡੇ ਸਿੱਧੂ ਸਾਹਿਬ ਤੁਹਾਡੇ ਮਨ ਦੇ ਅੰਦਰ ਇੱਕ ਚਾਅ ਨਹੀਂ ਹੋਏਗਾ ਕਿ ਸਾਡੀ ਗਿਣਤੀ ਵੀ ਵਧੇ? ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇੰਗਲੈਂਡ ਦੇ ਅੰਦਰ ਐਤਕੀ ਸਾਡੇ ਇੰਨੇ ਉਮੀਦਵਾਰ ਖੜੇ, ਕੈਨੇਡਾ ਦੇ ਅੰਦਰ ਸਾਡੇ ਇੰਨੇ ਉਮੀਦਵਾਰ ਖੜੇ, ਅਮਰੀਕਾ ਦੇ ਅੰਦਰ ਐਤਕੀ ਇੰਨੇ ਉਮੀਦਵਾਰ ਖੜੇ, ਬਸ ਬਿਲਕੁਲ ਸਹੀ। ਪਰ ਇਹ ਇੱਕ ਗੱਲ ਇਹ ਵੀ ਸਾਡੇ ਮਨ ਦਾ ਚਾਅ ਵੀ ਆ, ਉਹ ਕਹਿੰਦੇ ਕਿ ਕੁਆਲਿਟੀ ਆਫ ਲਾਈਫ ਜਾਂ ਜਿਹੜਾ ਸਿੱਖੀ ਦੇ ਵਿੱਚ ਨਿਗਾਰ ਹੈ, ਜਿਹੜਾ ਪਤਿਤ ਪੁਣਾ ਆ ਰਿਹਾ, ਸਿੱਖੀ ਤੋਂ ਅਸੀਂ ਹੇਠਾਂ ਨੂੰ ਜਾ ਰਹੇ ਹਾਂ, ਉਹ ਮੁੱਦੇ ਵੀ ਇਹ ਕਹਿੰਦੇ ਉਹਨਾਂ ਨੂੰ ਸਾਂਭਣ ਦੀ ਲੋੜ। ਦੇਖੋ, ਇਹ ਦੋ ਮੁੱਦੇ ਆਪੋ ਆਪਣੀ ਥਾਂ ਵੱਖਰੇ ਵੱਖਰੇ ਨੇ, ਕੁਆਲਿਟੀ ਆਪਣੇ ਥਾਂ ਵਾ, ਕੁਆਂਟਿਟੀ ਆਪਣੇ ਥਾਂ ਵਾ। ਜੀ ਜੀ, ਹੁਣ ਦੇਖੋ ਤੁਹਾਡੇ ਅਖਬਾਰ ਨਵੀਸ ਇੱਕ ਬੜੇ ਨਾਮਵੀਰ ਨਾਮਵਾਰ ਨੇ, ਉਹਨਾਂ ਨੇ ਪੰਜਾਬੀ ਟ੍ਰਿਬਿਊਨ ਦੇ ਅੰਦਰ ਇੱਕ ਲੇਖ ਛਾਪਿਆ ਸੀ, ਮੈਂ ਸ਼ਾਇਦ ਅੱਜ ਕਟਿੰਗ ਨਹੀਂ ਲੈ ਕੇ ਆਇਆ, ਉਹਨਾਂ ਨੇ ਕਿਹਾ ਵੀ 2 ਕਰੋੜ 61 ਲੱਖ
ਸਾਡੀ ਆਬਾਦੀ ਸੀ ਜੀ, ਤੇ ਇਸ ਟਾਈਮ 10 ਸਾਲ ਬਾਅਦ 1 ਕਰੋੜ ਤੇ 91 ਲੱਖ ਸਾਡੀ ਆਬਾਦੀ ਹੋ ਗਈ ਆ। ਉਹਨਾਂ ਨੇ ਇਸ ਰੇਸ਼ੋ ਦੀ ਡਿਕਲਾਈਨ ਦੇ ਮੁਤਾਬਕ ਦੱਸਿਆ ਸੀ ਕਿ ਅੱਜ ਤੋਂ 78 ਸਾਲ ਨੂੰ ਤੁਸੀਂ ਸਾਰੇ ਅਜਾਇਬ ਘਰ 'ਚ ਦਿਖੋਗੇ, ਭਾਵੇਂ ਕਿ ਚਲੋ ਇਹ ਗੁਰੂ ਦਾ ਪੰਥ ਆ, ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਪਰ ਕਰਦੇ ਕਰਦੇ ਬੜੇ ਲੋਕ ਤੁਰ ਗਏ ਉਹਨਾਂ ਨੇ। ਨਹੀਂ, ਗੱਲ ਕਰਨ ਲਈ ਹੈ ਕਿ ਕੈਲਕੂਲੇਸ਼ਨ ਦੀ ਗੱਲ ਕਰ ਰਹੇ, ਇੱਕ ਫਾਇਦਾ ਫਿਕਰਮੰਦੀ ਹੈ, ਇੱਕ ਫਿਕਰਮੰਦੀ ਤਾਂ ਹੈ ਨਾ ਵੀ ਅਸੀਂ ਡਿਕਲਾਈਨ ਘੱਟ ਕਿਉਂ ਹੋਣ ਜਾ ਰਹੇ, ਕਿ ਇਨਸਿਕਿਉਰਿਟੀ ਦੀ ਫੀਲਿੰਗ ਜਿਹੜੀ ਹੈਗੀ ਹੈ। ਭਾਈ ਪਗੜੀ ਜੀ, ਤੁਸੀਂ ਬੜੀ ਬਰੀਕੀ ਦੇ ਨਾਲ ਸਾਰੇ ਮਾਮਲਿਆਂ ਨੂੰ ਦੇਖਦੇ ਹਾਂ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ, ਕੋਈ ਲੱਗਦਾ ਕਿ ਜਿਹੜੀਆਂ ਦੇਸ਼ ਦੀਆਂ ਘੱਟ ਗਿਣਤੀਆਂ, ਚਾਹੇ ਮੁਸਲਿਮ ਹੈ ਚਾਹੇ ਕ੍ਰਿਸਚਨ ਹੈ, ਉਹਨਾਂ 'ਚ ਕੋਈ ਅਸੁਰੱਖਿਅਤਾ ਦੀ ਭਾਵਨਾ ਜ਼ਿਆਦਾ ਨਹੀਂ ਨਜ਼ਰ ਆ ਰਹੀ? ਇਹ ਤਾਂ ਜਿਹਨਾਂ ਨੂੰ ਨਹੀਂ ਨਜ਼ਰ ਆਉਂਦੀ ਉਹਨਾਂ ਦੇ ਸੋਚਣ 'ਚ ਫਰਕ ਹੈ। ਓਕੇ, ਇਹ ਤਾਂ ਸ਼ੁਰੂ ਤੋਂ ਹੀ ਪੰਥ ਵਿਰੋਧੀ, ਇਹ ਪੰਥ ਨਹੀਂ ਮਿਨੋਰਿਟੀ ਵਿਰੋਧੀ ਨੇ। ਜੇ ਕਿਸੇ ਨੂੰ ਇਹਦੇ 'ਚ ਕੋਈ ਸ਼ੱਕ ਹੈ ਤਾਂ ਸਤਿਆਰਥ ਪ੍ਰਕਾਸ਼ ਪੜ੍ਹ ਕੇ ਦੇਖ ਲਓ, ਨਾ ਉਹਦੇ 'ਚ ਗੁਰੂ ਨਾਨਕ ਨੂੰ ਬਖਸ਼ਿਆ, ਨਾ ਇਹ ਕਿਸੇ ਈਸਾਈਆਂ ਨੂੰ ਬਖਸ਼ਿਆ, ਨਾ ਮੁਸਲਮਾਨਾਂ ਨੂੰ ਬਖਸ਼ਿਆ। ਇਹ ਤਾਂ ਉਹਨਾਂ ਦਾ ਤਾਂ ਜਿਹਨੂੰ ਕਹਿੰਦੇ ਨੇ ਗੁੜਤੀ ਹੋਈ ਉਹ ਹੈ, ਓਕੇ, ਹਿੰਦੂ ਹਿੰਦੀ ਹਿੰਦੁਸਤਾਨ ਵਾਲੀ। ਸੋ ਬਾਕੀ ਇਹ ਹੈ ਵੀ ਹੁਣ ਉੱਥੇ ਆ ਗਏ, ਹੁਣ ਲਾਗੂ ਕਰ ਰਹੇ ਨੇ, ਹੁਣ ਰਿਐਕਸ਼ਨ ਤਾਂ ਹੋਏਗਾ। ਜਿਹੜੀਆਂ ਦੋ ਗੱਲਾਂ ਇਹਨਾਂ ਨੂੰ ਅਸੀਂ ਹੁਣ ਰਿਐਕਸ਼ਨ ਦੇ ਨਾਲ ਸਾਨੂੰ ਭਾਂਬੜ ਨਹੀਂ ਮਚਾਉਣਾ ਚਾਹੀਦਾ, ਉਸ ਨੂੰ ਸਾਨੀ ਉਸੇ ਸੰਜੀਦੇ ਤਰੀਕੇ ਨਾਲ ਆਉਣਾ ਚਾਹੀਦਾ। ਤੁਸੀਂ ਇੱਕ ਸਵਾਲ ਪੈਦਾ ਕੀਤਾ, ਪਹਿਲਾਂ ਪਾਇਆ ਸੀ ਜੀ, ਇੱਕ ਬੱਚੇ ਵਾਲਾ, ਤਰੁਣਾ ਦਲ 'ਚ ਜਦੋਂ ਨਿਹੰਗਾਂ ਦਾ ਪਹਿਲਾਂ ਸ਼ੁਰੂ ਹੋਇਆ, ਅਗਰ ਬੱਚਾ ਇਕੱਲਾ ਹੁੰਦਾ ਸੀ ਉਹਨੂੰ ਭਰਤੀ ਨਹੀਂ ਸੀ ਕਰਦੇ ਜੀ, ਅਗਰ ਉਹ ਮਾਂ ਪਿਓ ਦਾ ਇਕੱਲਾ ਪੁੱਤਰ ਹੋਵੇ ਹੁੰਦਾ ਤਾਂ ਉਹਨੂੰ ਨਹੀਂ ਸੀ ਕਰਦੇ, ਉਹ ਲਾਡਲੀਆਂ ਫੌਜਾਂ 'ਚ ਸ਼ਾਮਲ ਨਹੀਂ ਸੀ ਹੁੰਦਾ। ਹਾਂ, ਨਹੀਂ ਸੀ ਹੁੰਦਾ ਜੀ। ਇਹਦਾ ਭਾਵ ਵੀ ਇਹ ਹੈ ਕਿ ਤੁਹਾਡੀ ਜਿਹੜੀ ਅੱਗੇ ਨੂੰ ਨਸਲ ਚੱਲਣੀ ਹੈ ਉਹ ਬਰਕਰਾਰ ਰਹੇ ਜੀ ਜੀ, ਨੰਬਰ 1। ਨੰਬਰ 2 ਆਇਆ ਸਵਾਲ ਬੱਚੇ ਪੜ੍ਹਾਉਣ ਦਾ, ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਕਾਫੀ ਦੇਰ ਨਾਲ ਰਿਹਾ, ਬਿਲਕੁਲ ਇਹਦੇ 'ਚ ਕੋਈ ਦੋਰਾਵਾਂ ਨਹੀਂ। ਬਾਪੂ ਜੀ ਨੇ ਇਹਦੇ ਬਾਰੇ ਹੱਲ ਦੱਸਿਆ ਸੀ, ਉਹਨਾਂ ਨੇ ਕਿਹਾ ਸੀ ਕਿ ਤੁਸੀਂ 4 ਵੱਡੇ ਗੁਰਦੁਆਰੇ ਨੇ, ਆਪਣਾ ਦੁੱਖ ਨਿਵਾਰਨ ਸਾਹਿਬ, ਅਨੰਦਪੁਰ, ਮੁਕਤਸਰ ਔਰ ਤਰਨ ਤਾਰਨ ਜੀ, ਇਹਨਾਂ ਗੁਰਦੁਆਰਿਆਂ ਦੇ ਨਾਲ ਪਬਲਿਕ ਸਕੂਲ ਅਟੈਚ ਕਰ ਦਿਓ, ਹਾਂਜੀ, ਤਾਂ ਕਿ ਇਹ ਲੋਕਾਂ ਨੂੰ ਇਹ ਪਤਾ ਹੋਵੇ ਜਿਹੜੀ ਕੁਆਲਿਟੀ ਹੈਗੀ ਹੈ, ਤਾਂ ਉਹਨਾਂ ਲੋਕਾਂ ਨੂੰ ਇਹ ਪਤਾ ਹੋਵੇ ਵੀ ਇੱਥੇ ਜਿਹੜਾ ਚੜਾਵਾ ਹੈ ਉਹ ਸਕੂਲ ਵਾਸਤੇ ਵਰਤਿਆ ਜਾਏਗਾ ਅਤੇ ਤੁਹਾਡਾ ਉਹ ਵੀ ਹੋ ਜਾਏਗਾ, ਤਾਂ ਸਕੂਲ ਜਿਹੜੇ ਹਨ ਉਹ ਇੱਥੋਂ ਇਸ ਚੜਾਵੇ ਨਾਲ ਚੱਲ ਜਾਣਗੇ, ਬੱਚੇ ਵੀ ਅੱਗੇ ਵਧਣ ਹੈ ਜੀ। ਹਾਂ, ਉਹ ਅੱਗੇ ਚੱਲ ਜਾਊ। ਉਸ ਵੇਲੇ ਗੁਰਚਰਨ ਸਿੰਘ ਟੌੜਾ ਸੀਗੇ ਪ੍ਰਧਾਨ, ਉਹਨਾਂ ਨੇ ਹਰਪਾਲ ਸਿੰਘ ਢਿੱਲੋਂ ਜਿਹੜੇ ਸੀਗੇ ਪ੍ਰਿੰਸੀਪਲ, ਉਹਨਾਂ ਦੇ ਥੱਲੇ ਕਮੇਟੀ ਬਣਾਈ ਇਸ ਚੀਜ਼ ਨੂੰ ਸਟੱਡੀ ਕਰਨ ਵਾਸਤੇ, ਉਹ ਵਿੱਚ ਹੀ ਖਤਮ ਹੋ ਗਈ। ਓਕੇ ਓਕੇ ਭਾਈ ਬਗੜੀ, ਤੁਹਾਨੂੰ ਲੱਗਦਾ ਕਿ ਜਿਹੜੇ ਦਿੱਲੀ ਦੇ 'ਚ ਇਸ ਵੇਲੇ ਜਿਹੜੇ ਪਾਵਰ 'ਚ ਬੈਠੇ ਆ ਉਹਨਾਂ ਲੋਕਾਂ ਦਾ ਜਿਹੜਾ ਏਜੰਡਾ ਕਦੇ ਵੀ ਸਿੱਖਾਂ ਦੀ ਸਹਿਮਤੀ ਨਾਲ? ਗਰੇਵਾਲ ਸਾਹਿਬ, ਇਸ ਮੁੱਦੇ 'ਤੇ ਸਪੈਸ਼ਲੀ ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ, ਉਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਆਪਾਂ ਕਹਿੰਦੇ ਹਾਂ ਕਿ ਸਾਡਾ 9 ਮਾਰਚ ਦਾ ਰਿਸ਼ਤਾ। ਭਾਈ ਬਾਗੜੀਆ ਨੇ ਜਿਹੜਾ ਇਸ਼ੂ ਰੇਜ਼ ਕੀਤਾ ਕਿ ਇਹ ਤਾਂ ਕਦੇ ਵੀ ਇਹਨਾਂ ਦੇ ਏਜੰਡੇ 'ਚ ਨਹੀਂ ਰਿਹਾ ਕਿ ਜਿਹੜੀਆਂ ਘੱਟ ਗਿਣਤੀਆਂ ਹੈਗੀਆਂ ਉਹਨਾਂ ਨੂੰ ਪ੍ਰਫੁੱਲਿਤ ਹੋਣ ਦਿੱਤਾ ਜਾਏ, ਜਿਮੀਦਾਰ ਅਤੇ ਆੜ੍ਹਤੀਆਂ ਕਦੇ ਇਕੱਠਾ ਹੋਏ ਜੀ ਜੀ। ਗਰੇਵਾਲ ਸਾਹਿਬ, ਮੇਰਾ ਨਿੱਜੀ ਤੌਰ 'ਤੇ ਅਕਾਲੀ ਦਲ ਦਾ ਮੈਂ ਇੱਕ ਸਮਰਥਕ ਹਾਂ ਜੀ ਜੀ, ਅਸੀਂ ਬਿਲਕੁਲ ਇਸ ਗੱਲ ਨਾਲ ਪੂਰਨ ਤੌਰ 'ਤੇ ਸਹਿਮਤ ਹਾਂ ਅਤੇ ਸਭ ਤੋਂ ਪਹਿਲੇ ਇਰੈਕਟ ਕਰਨ ਵਾਲੇ ਅਸੀਂ ਲੋਕ ਹਾਂ ਜੀ, ਜਿਨ੍ਹਾਂ ਨੇ ਇਹ ਗੱਲ ਕਹੀ ਸੀ ਮੋਦੀ ਸਾਹਿਬ ਨੂੰ ਕਿ ਤੁਹਾਨੂੰ ਜੇ ਲੋਕਾਂ ਨੇ ਬਣਾ ਦਿੱਤਾ ਤਾਂ ਇਹਦਾ ਮਤਲਬ ਇਹ ਭਰਮ ਨਾ ਪਾਲੋ ਕਿ ਸਿਰਫ ਤੁਸੀਂ ਹਾਂ। ਉਹਦਾ ਉਹਨਾਂ ਨੂੰ ਬਣਾਉਣ ਦੇ ਪਿੱਛੇ ਕਾਰਨ ਸੀ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆਏ, ਵਿਸ਼ੇਸ਼ ਕਰਕੇ ਪੰਜਾਬ ਦੇ ਸਿੱਖ ਤਾਂ ਹੈ ਹੀ ਸੀ, ਹਿੰਦੁਸਤਾਨ ਦੇ ਲੋਕ ਕਰਪਸ਼ਨ ਕਰਕੇ ਉਹਨਾਂ ਨੇ ਕਾਂਗਰਸ ਦੇ ਵਿਰੋਧ ਦੇ ਵਿੱਚ ਇਹਨਾਂ ਨੂੰ ਵੋਟ ਪਾਈ। ਉਹ ਇਹ ਨਾ ਸਮਝਣ ਕਿ ਸਾਨੂੰ ਵੋਟ ਪਾਈ ਹੈ, ਉਹ ਇਹ ਨਾ ਸਮਝਣ ਕਿ ਉਹਨਾਂ ਨੇ ਹਿੰਦੂ ਰਾਸ਼ਟਰ ਦੇ ਵੀ ਉਹਨਾਂ ਨੇ ਹਿੰਦੂ ਰਾਸ਼ਟਰ ਦੇ ਨਾਮ ਤੇ ਵੋਟ ਪਾਈ ਆ, ਇਸ ਗੱਲ ਦਾ ਭੁਲੇਖਾ ਨਾ ਖਾਣ। ਲੋਕ ਜੇ ਬਣਾ ਸਕਦੇ ਆ ਤੇ ਲੋਕ ਲਾਹ ਵੀ ਸਕਦੇ ਆ। ਦਿੱਲੀ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੱਕ ਵੀ ਸੀਟ ਬਿਲਕੁਲ ਸਹੀ। ਇਸ ਮੁੱਦੇ ਤੇ ਆਉਣਾ ਚਾਹੁੰਦਾ ਤੁਹਾਡੇ ਕੋਲ, ਸਾਡੇ ਕੋਲ ਸਮਾਂ ਵੀ ਘੱਟ ਹੈ ਕਿ ਜਦੋਂ ਅਕਾਲੀ ਦਲ ਤੇ ਬੀਜੇਪੀ ਦੇ 9 ਮਾਰਚ ਦਾ ਰਿਸ਼ਤੇ ਦਾ ਮਤਲਬ ਕਿ ਅਕਾਲੀ ਦਲ ਜਿਹੜਾ ਹੈਗਾ ਉਸ ਤੇ ਦਬਾਅ ਪਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ ਕਿ ਉਹ ਜਿਹੜੀਆਂ ਇੱਦਾਂ ਦੀਆਂ ਨੈਗੇਟਿਵ ਨੀਤੀਆਂ ਹੈਗੀਆਂ ਉਹ ਲਾਗੂ ਨਾ ਕਰਨ? ਮੈਂ ਇਹ ਗੱਲ ਸਮਝਦਾ ਕਿ ਰਾਜਨੀਤਿਕ ਗੱਠਜੋੜ ਜਿਹੜੇ ਆ ਕੁਛ ਮੁੱਦਿਆਂ 'ਤੇ ਹੋਇਆ ਕਰਦੇ ਆ, ਠੀਕ ਹੈ ਨਾ। ਉਹ ਅਕਾਲੀ ਦਲ ਦਾ ਜਿਹੜਾ ਗੱਠਜੋੜ ਆ ਉਹ ਮੁੱਦਿਆਂ 'ਤੇ ਹੈ, ਪਰ ਇਸ ਗੱਲ ਨਾਲ ਅਕਾਲੀ ਦਲ ਨੇ ਕਦੇ ਵੀ ਸਹਿਮਤੀ ਨਹੀਂ ਕੀਤੀ ਵੀ ਸਿੱਖਾਂ ਦਾ ਘਾਣ ਹੋਵੇ, ਸਿੱਖੀ ਮਰਿਆਦਾਵਾਂ ਦੀ ਉਲੰਘਣਾ ਹੋਵੇ। ਇਸ ਗੱਲ ਲਈ ਮੈਂ ਨਹੀਂ ਸਮਝਦਾ ਜੀ, ਅਕਾਲੀ ਦਲ ਇਸ ਗੱਲ 'ਤੇ ਸਹਿਮਤ ਨਹੀਂ ਹੈ। ਥੈਂਕ ਯੂ ਵੈਰੀ ਮੱਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਸ ਮੁੱਦੇ 'ਤੇ ਚਰਚਾ ਕੀਤੀ ਹੈ, ਜਥੇਦਾਰ ਅਕਾਲ ਤਖਤ ਸਾਹਿਬ ਨੇ ਜੋ ਬਿਆਨ ਦਿੱਤਾ ਹੈ ਉਹਦੇ ਨਾਲ ਸਹਿਮਤੀ ਹੋਵੇ ਜਾਂ ਨਾ ਹੋਵੇ, ਪਰ ਇੱਕ ਸਵਾਲ ਜ਼ਰੂਰ ਉੱਭਰ ਕੇ ਸਾਹਮਣੇ ਆ ਰਿਹਾ ਕਿ ਇਸ ਦੇਸ਼ ਦੇ ਅੰਦਰ ਕਿਤੇ ਨਾ ਕਿਤੇ ਘੱਟ ਗਿਣਤੀਆਂ ਆਪਣੇ ਆਪ ਨੂੰ
ਅਸੁਰੱਖਿਅਤ ਮਹਿਸੂਸ ਕਰਦੀਆਂ। ਕੁਝ ਲੋਕ ਜ਼ਰੂਰ ਇਹੋ ਜਿਹੇ ਆ ਜਿਨ੍ਹਾਂ ਦੀ ਜ਼ੁਬਾਨ ਜਿਹੜੀ ਹੈਗੀ ਆ ਘੱਟ ਗਿਣਤੀਆਂ ਬਾਰੇ ਬੇਲਗਾਮ ਹੈ, ਪਰ ਸਾਨੂੰ ਇਹ ਵੀ ਉਨਾ ਹੀ ਭਰੋਸਾ ਹੈ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਸਮੁੱਚਾ ਮੁਲਕ ਜਿਸ ਦੀ ਗੱਲ ਕਰਦਾ ਉਹ ਮੁਲਕ ਕਦੇ ਇੰਨਾ ਅਕਿਰਤਕਾਂਡ ਨਹੀਂ ਹੋ ਸਕਦਾ। ਇਹਨਾਂ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਔਰ ਸਾਡੇ ਦਰਸ਼ਕਾਂ ਲਈ ਪ੍ਰੋਗਰਾਮ ਦਾ ਪਤਾ ਹੈ, ਜਗਤਾਰ ਸਿੱਧੂ @globalpunjabtv.com। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ੍ਹ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਤੁਹਾਡੀ ਕਚਹਿਰੀ 'ਚ ਮੁੜ ਹਾਜ਼ਰ ਹੋਵਾਂਗਾ।